ਸਾਡੇ ਜੋ ਕਲਾਸ ਵੱਲੋਂ ਥਾਂ ਥਾਂ ਸੰਘਰਸ਼ ਕੀਤੇ ਜਾ ਰਹੇ ਆ, ਇਹ ਕਿਉਂ ਕੀਤੇ ਜਾ ਰਹੇ ਆ? ਕਿਉਂਕਿ ਜੋ ਵੀ ਸਰਕਾਰਾਂ ਆਉਂਦੀਆਂ, ਬਾਦਲ ਸਰਕਾਰ ਆਈ ਹੈ, ਸਾਡੀ BJP ਸਰਕਾਰ ਆਈ ਹੈ, ਇਹਨਾਂ ਨੇ ਆਉਂਦਿਆਂ ਪਹਿਲਾ ਕੁਹਾੜਾ ਜਿਹੜਾ ਮੁਲਾਜ਼ਮਾਂ ਦਾ ਚਲਾਉਣਾ ਚਾਲੂ ਕਰ ਦਿੰਦਾ ਹੈ। ਜਿੱਦਾਂ ਕਿ ਮੁਲਾਜ਼ਮਾਂ ਵਾਸਤੇ ਖਜ਼ਾਨੇ ਬੰਦ ਕਰ ਦਿੱਤੇ ਜਾਂਦੇ ਆ, ਜਿਹਦੇ ਨਾਲ ਸਾਡੇ ਲੜਕੀਆਂ ਦੇ ਧੀਆਂ ਭੈਣਾਂ ਦੇ ਵਿਆਹ ਸ਼ਾਦੀ ਕਰਨ ਵਿੱਚ ਸਾਨੂੰ ਔਖੇ ਹੋ ਜਾਂਦੇ ਆ। ਇਸ ਤੋਂ ਬਾਅਦ ਜਦੋਂ ਵੀ ਇਹ ਸਰਕਾਰ ਹੋਂਦ ਵਿੱਚ ਆਈ ਹੈ, ਇਹਨਾਂ ਨੇ ਕੀਤਾ ਕਿ ਸਾਡੇ ਨਾਲ ਪਿੱਛੇ ਹੀ ਵਾਅਦਾ ਕੀਤਾ ਬਾਦਲ ਸਾਹਿਬ ਨੇ ਕੋਠੀ ਮਾਰਚ ਦੇ ਵਿੱਚ, ਪਿਛਲੇ ਸਾਲ 13 ਮਾਰਚ ਨੂੰ ਵੀ ਬਾਦਲ ਨੇ ਵਾਅਦਾ ਕੀਤਾ ਵੀ ਜਿਹੜੀ ਪੱਕੀ ਭਰਤੀ ਹੈ ਉਹ ਕੀਤੀ ਜਾਊਗੀ, ਠੇਕੇਦਾਰੀ ਸਿਸਟਮ ਜਿਹੜਾ ਪੰਜਾਬ 'ਚ ਬੰਦ ਕੀਤਾ ਜਾਊਗਾ। ਇਸ ਦੇ ਬਾਵਜੂਦ, ਠੇਕੇਦਾਰੀ ਸਿਸਟਮ ਬੰਦ ਕਰਨ ਦੇ ਬਾਵਜੂਦ, ਉਸ ਤੋਂ ਕੁਛ ਦਿਨ ਬਾਅਦ ਹੀ ਇਹਨੇ ਠੇਕੇਦਾਰ ਦੇ ਜੋ ਵੀ ਸਾਡੇ ਮੁਲਾਜ਼ਮ ਠੇਕੇ ਦੇ ਆਧਾਰ 'ਤੇ ਰੱਖੇ ਗਏ ਸੀ, ਉਹਨਾਂ ਦੀ ਸ਼ਾਂਤੀ ਕਰਨੀ ਚਾਲੂ ਕਰਨੀ। ਪੰਜਾਬ ਸਰਕਾਰ ਦੀ ਔਰ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਅੱਜ ਅਸੀਂ ਜਿਹੜਾ ਆਜ਼ਾਦੀ ਦਾ ਦਿਹਾੜਾ, ਇਹ ਗੁਲਾਮੀ ਦਾ ਦਿਹਾੜਾ ਮਨਾ ਰਹੇ ਹਾਂ। ਕਿਉਂਕਿ ਸਰਕਾਰਾਂ ਜਿਹੜੀਆਂ ਕਰਪਟ ਸਰਕਾਰਾਂ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਚਾਹੇ ਉਹ ਬਾਦਲ ਸਰਕਾਰ ਹੋਵੇ, ਪੰਜਾਬ ਦੀ ਸਰਕਾਰ ਹੋਵੇ, ਅਸੀਂ ਆਜ਼ਾਦੀ ਦਿਵਸ ਨਹੀਂ ਮਨਾ ਰਹੇ। ਅਸੀਂ ਅੱਜ ਵੀ ਗੁਲਾਮ ਹਾਂ, ਅਸੀਂ ਗੁਲਾਮੀ ਦਿਵਸ ਮਨਾ ਰਹੇ ਹਾਂ, ਕਾਲਾ ਦਿਵਸ ਮਨਾ ਰਹੇ ਹਾਂ। ਪੂਰੇ ਅਸੀਂ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਪੰਜਾਬ ਸਰਕਾਰ ਦਾ ਪੁਤਲਾ ਫੂਕ ਰਿਹਾ, ਮੋਦੀ ਸਰਕਾਰ ਦਾ ਪੁਤਲਾ ਫੂਕ ਰਿਹਾ।